ਅਜੀਤ ਪਬ ਟਵੀ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ ਸਮਰਾਲੇ ਦੀ ਅਕਾਲੀ ਸਿਆਸਤ ਵਿੱਚ ਪਿਛਲੇ 2 ਹਫਤਿਆਂ ਤੋਂ ਕਸਮਾਨ ਮਚਿਆ ਹੋਇਆ ਹੈ ਕਸਮਾਨ ਦਾ ਕਾਰਨ ਇਹ ਹੈ ਕਿ ਅਕਾਲੀ ਦਲ ਨੇ ਇੱਥੇ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ ਇਸ ਹਲਕੇ ਦੇ ਦੋ ਟਕਸਾਲੀ ਪਰਿਵਾਰ ਇਸ ਕਲੋਂ ਖਫਾ ਹੋ ਕੇ ਪਾਰਟੀ ਨੂੰ ਪਿਛਲੇ 10 ਪਿਛਲੇ 2 ਹਫਤੇ ਪਹਿਲਾਂ ਇਹ ਅਲਟੀਮੇਟਮ ਦਿੱਤਾ ਸੀ ਕਿ ਉਹ 10 ਦਿਨਾਂ ਦੇ ਵਿੱਚ ਇਹ ਆਪਣਾ ਫੈਸਲਾ ਬਦਲਣ ਤੇ ਨਹੀਂ ਉਹ ਆਪਣੇ ਸਮਰਥਕਾਂ ਦੇ ਨਾਲ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ ਉਹ ਅਲਟੀਮੇਟਮ ਖਤਮ ਹੋਣ ਦੇ ਉੱਤੇ ਅੱਜ ਇਥੋਂ ਦੇ ਟਕਸਾਲੀ ਪਰਿਵਾਰ ਦੇ ਵਰਜਿੰਦਰ ਸਿੰਘ ਬਬਲੂ ਜੋ ਕਿ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਨ ਨੇ ਆਪਣੇ ਸਮਰਥਕਾਂ ਨਾਲ ਵਿਚਾਰ ਕਰਨ ਉਪਰੰਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੇ ਇਹ ਕਦਮ ਕਿਉਂ ਚੁੱਕਿਆ ਉਹ ਕੀ ਚਾਹੁੰਦੇ ਹਨ ਤੇ ਉਹ ਆਪਣੀ ਪਾਰਟੀ ਹਾਈ ਕਮਾਂਡ ਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ ਹਨ ਬਬਲੂ ਜੀ ਤੁਸੀਂ ਅੱਜ ਅਨਾਲ ਕਾ ਦਿੱਤਾ ਕਿ ਮੈਂ ਸਾਰੇ ਅਹੁਦੇ ਅਗਲੀ ਦਰਵੇ ਛੱਡੀ ਕਾਰਨ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਅਜੀਤ ਵਰਦ ਮੈਨੂੰ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਜੀ ਜਿਹੜਾ ਅੱਜ ਦਾ ਸਾਡਾ ਮੁੱਖ ਮਕਸਦ ਆ ਜੀ ਉਹਦੇ ਤੋਂ ਰਿਜ਼ਾਈਨ ਕਰਨ ਦਾ ਉਹ ਇਹ ਸੀਗਾ ਵੀ ਅੱਜ ਤੋਂ ਜਦੋਂ 10 12 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਸਾਨੂੰ ਪਾਰਟੀ ਹਾਈ ਕਮਾਂਡ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀ ਪਰਿਵਾਰਾਂ ਨੂੰ ਅਣਗੌਲਿਆ ਕਰਕੇ ਇੱਕ ਦੋ ਤਿੰਨ ਪਾਰਟੀਆਂ ਬਦਲ ਕੇ ਆਏ ਨੂੰ ਸਾਡੇ ਤੇ ਇਥੇ ਮੁੱਖ ਸੇਵਾਦਾਰ ਹਲਕਾ ਇੰਚਾਰਜ ਵਜੋਂ ਸਾਡੇ ਸਿਰ ਤੇ ਲਿਆ ਕੇ ਬਿਠਾਤਾ ਸੀ ਤਾਂ ਉਦੋਂ ਅਸੀਂ ਪਾਰਟੀ ਨੂੰ ਇੱਕ ਅਲਟੀਮੇਟਮ ਦਿੱਤਾ ਸੀ ਵੀ ਪਾਰਟੀ ਇਸ ਆਪਦੇ ਫੈਸਲੇ ਦੇ ਵਿਚਾਰ ਕਰੇ ਤੇ ਉਸ ਅਪਰੰਤ ਵੀ ਅਸੀਂ ਆਪਦਾ ਜਿਹੜਾ ਅਗਲਾ ਫੈਸਲਾ ਲਵਾਂਗੇ ਸੋ ਅੱਜ ਉਸੇ 10-12 ਦਿਨ ਨੂੰ ਦੇਖਦੇ ਹੋਏ ਵੀ ਪਾਰਟੀ ਨੇ ਆਪਦੇ ਉਸ ਫੈਸਲੇ ਦੇ ਉੱਤੇ ਕੋਈ ਵਿਚਾਰ ਕੀਤੀ ਆ ਕਿ ਨਹੀਂ ਕੀਤੀ ਸਾਡੇ ਨਾਲ ਉਹਨਾਂ ਨੇ ਕੋਈ ਉਦਾਂ ਦੀ ਗੱਲਬਾਤ ਨਹੀਂ ਕੀਤੀ ਜਿਸ ਨੂੰ ਦੇਖਦੇ ਅੱਜ ਸਾਨੂੰ ਆਪਦਾ ਫੈਸਲਾ ਜਿਹੜਾ ਲੈਣਾ ਪਿਆ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਪ੍ਰੈਸ ਕਾਨਫਰੰਸ ਦੇ ਜਰੀਏ ਅਸੀਂ ਸਾਰਿਆਂ ਨੂੰ ਇਹੀ ਦੱਸਿਆ ਵੀ ਕਿਉਂਕਿ ਅਸੀਂ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆ ਕਿਉਂਕਿ ਸਾਡਾ ਜਨਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਇਆ। ਅਕਾਲੀ ਦਲ ਦੇ ਵਿੱਚ ਜਨਮ ਹੁੰਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਹਾਂ। ਅਕਾਲੀ ਸੀ, ਅਕਾਲੀ ਹਾਂ। ਪਰ ਜਿਹੜਾ ਅੱਜ ਤਿੰਨ ਪਾਰਟੀਆਂ ਬਦਲ ਕੇ ਸਾਡੇ ਤੇ ਇਨਚਾਰਜ ਲਗਾਇਆ ਗਿਆ ਵੀ ਅਸੀਂ ਉਹਦੀ ਰਹਿਨਮਾਈ ਦੇ ਵਿੱਚ ਚੱਲ ਨਹੀਂ ਸਕਦੇ। ਅੱਜ ਅਸੀਂ ਉਹਦੀ ਰਹਿਨਮਾਈ ਨੂੰ ਮੰਨਣ ਤੋਂ ਇਨਕਾਰ ਕਰਤਾ ਤੇ ਜਿਹੜੀ ਮੈਨੂੰ ਪਾਰਟੀ ਨੇ ਸੇਵਾਵਾਂ ਦਿੱਤੀਆਂ ਹੋਈਆਂ ਸੀਗੀਆਂ ਜ਼ਿਲ੍ਹਾ ਜੂਥ ਪ੍ਰਧਾਨ ਦੀ ਉਸ ਤੇ ਮੈਂ ਆਪਦੀ ਤੋਂ ਅਸਤੀਫਾ ਦਿੱਤਾ। ਵੇਈ ਅਸੀਂ ਪਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਇੱਕ ਵਰਕਰ ਵਜੋਂ ਕੰਮ ਕਰਾਂਗੇ। ਵੈਸੇ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਸੇਵਾ ਦੇ ਵਿੱਚ ਵੀ ਹਮੇਸ਼ਾ ਤਤਪਰ ਰਹਾਂਗੇ। ਅਕਾਲੀ ਦਲ ਦਾ ਇੱਕ ਵੋਟਰ ਹੋਣ ਦੇ ਨਾਤੇ ਤੇ ਉਹਨਾਂ ਦਾ ਵਰਕਰ ਹੋਣ ਦੇ ਨਾਤੇ ਕੰਮ ਕਰੂੰ ਪਰ ਮੈਂ ਜਿਹੜੀਆਂ ਆਪਣੀਆਂ ਸੁਭਾਵਾਂ ਨੇ ਉਹ ਇਸ ਦੀ ਰਹਿਨਮਾਈ ਦੇ ਵਿੱਚ ਨਵਾ ਨਹੀਂ ਸਕਦਾ। ਹੁਣ ਤੁਸੀਂ ਪਿੰਡਾਂ ਦੇ ਵਿੱਚ ਫਿਰ ਵੀ ਹਜੇ ਜਾਓਗੇ ਜਿਹੜਾ ਮੀਟਿੰਗ ਦਾ ਸਿਲਸਿਲਾ ਤੁਸੀਂ ਪਿੱਛੇ ਅਰੰਭਿਆ ਸੀ ਲੋਕਾਂ ਨਾਲ ਤਾਲਮੇਲ ਦਾ ਪਾਰਟੀ ਨੂੰ ਮਜ਼ਬੂਤ ਕਰਨ ਦਾ। ਬਿਲਕੁਲ ਜੀ ਜਿਹੜੀ ਗੱਲ ਲੋਕਾਂ ਨਾਲ ਰਾਪਤਾ ਜਿਹੜਾ ਉਸੇ ਤਰ੍ਹਾਂ ਜਾਰੀ ਰਹੂਗਾ ਕਿਉਂਕਿ ਲੋਕਾਂ ਨੇ ਵੀ ਸਾਡੇ ਤੇ ਬਹੁਤ ਆਸਾਨ ਇਹਨਾਂ ਨੂੰ ਉਹਨਾਂ ਨੇ ਵੀ ਸਾਡੇ ਤੇ ਬਹੁਤ ਵਿਸ਼ਵਾਸ ਪ੍ਰਗਟਾਇਆ ਹੈ ਹੁਣ ਉਹ ਜਿਹੜੇ ਲੋਕ ਨੇ ਉਹ ਸਾਡਾ ਇੱਕ ਪਰਿਵਾਰ ਆ ਉਹ ਪਰਿਵਾਰ ਦੇ ਨਾਲ ਅਸੀਂ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਸ਼ਰੀਕ ਹੁੰਦੇ ਰਹੇ ਹਾਂ ਤੇ ਉਹ ਜਿਹੜਾ ਰਾਬਤਾ ਉਹ ਅਸੀਂ ਉਹਨੂੰ ਉਦਾਂ ਹੀ ਜਾਰੀ ਰੱਖਾਂਗੇ ਉਹਨਾਂ ਦੀ ਅਸੀਂ ਤਨੋਂ ਮਨੋਂ ਜਿਹੜੀ ਸੇਵਾ ਉਹ ਕਰਦੇ ਰਹਿਣਾ ਕੀ ਪਾਰਟੀ ਨੇ ਕੋਈ ਸਰਵੇ ਕਰਾਇਆ ਸੀ ਜਾਂ ਕੁਝ ਬੰਦਿਆਂ ਦੀ ਰਿਪੋਰਟ ਤੇ ਫੈਸਲਾ ਲੈ ਲਿਆ ਜਾਂ ਤੁਹਾਨੂੰ ਪਰੋਸੇ ਚ ਲਿਆ ਗਿਆ ਕੁਝ ਸਲਕਲ ਪ੍ਰਧਾਨਾਂ ਨੂੰ ਲਿਆ ਗਿਆ ਪਰੋਸੇ ਚ ਜਿਹੜੀ ਗੱਲ ਆ ਜੀ ਸਾਰਾ ਪ੍ਰੀ ਪਲਾਨਡ ਸੀਗਾ ਕਿਉਂਕਿ ਜਿਹੜੇ ਇੱਥੋਂ ਤੇ ਸਾਡੇ ਸਾਫਕਾ ਅਨਚਾਰਜ ਸੀਗੇ ਉਹਨਾਂ ਨੇ ਜਿਹੜਾ ਇਹ ਫੈਸਲਾ ਇਹ ਪਾਰਟੀ ਪ੍ਰਧਾਨ ਸਾਹਿਬ ਤੋਂ ਕਰਵਾਇਆ ਪਰ ਜਦੋਂ ਅਸੀਂ ਇਹ ਗੱਲ ਕਰੀ ਆ ਵੀ ਜਿਹੜਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਇਹ ਫੈਸਲਾ ਕਰਵਾਇਆ ਗਿਆ ਇਹ ਚੰਦ ਲੋਕਾਂ ਵੱਲੋਂ ਆ ਅੱਗੇ ਆਉਣੇ ਵਾਲਾ ਸਮਾਂ ਦੱਸੂਗਾ ਇਹਨਾਂ ਨੂੰ ਖੁਦ ਨੂੰ ਹੀ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਦਾ ਜਵਾਬ ਦੇਣਾ ਔਖਾ ਹੋਊਗਾ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਦੱਸਿਆ ਗਿਆ ਵੀ ਅਸੀਂ ਸਰਵੇ ਕਰਵਾਇਆ ਪਰ ਅੱਜ ਇੱਥੇ ਸਮਰਾਲੇ ਹਲਕੇ ਦਾ ਕੱਲਾ ਕੱਲਾ ਵੋਟਰ ਕੱਲਾ ਕੱਲਾ ਵਰਕਰ ਇਹ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਵੀ ਜੇ ਇੱਥੇ ਸਰਵੇ ਹੋਇਆ ਹੁੰਦਾ ਤਾਂ ਜਿਸ ਸ਼ਖਸ ਨੂੰ ਅੱਜ ਇੱਥੋਂ ਦਾ ਹਲਕਾ ਇਨਚਾਰਜ ਲਗਾਇਆ ਗਿਆ ਉਸ ਦਾ ਨਾਮ ਕਦੇ ਵੀ ਨਹੀਂ ਸੀ ਆਕੇ ਜੇ ਚੰਗੀ ਤਰ੍ਹਾਂ ਨਾਲ ਸਪਸ਼ਟ ਰੂਪ ਦੇ ਵਿੱਚ ਇਹ ਸਰਵੇ ਹੋਇਆ ਹੁੰਦਾ ਇਹਨਾਂ ਨੇ ਆਪ ਦੇ ਆਪ ਹੀ ਸਾਰੀ ਗੁਣਤੀ ਤਾਣਾ ਬੁਣਾ ਬਣ ਲਿਆ ਤੇ ਜਾ ਕੇ ਪਾਰਟੀ ਪ੍ਰਧਾਨ ਸਾਹਿਬ ਨੂੰ ਇਹ ਕਹਤਾ ਜੀ ਵੀ ਅਸੀਂ ਸਰਵੇ ਕਰਵਾਇਆ ਇਹਦੇ ਵਿੱਚ ਇਹਦਾ ਹੀ ਨਾਮ ਆਇਆ ਪਰ ਉਹ ਜਦੋਂ ਹੁਣ ਰਿਜ਼ਲਟ ਆਉਣਗੇ ਉਦੋਂ ਪਤਾ ਚੱਲੇਗਾ ਅਗੀਆਂ ਵਿਧਾਨ ਸਭਾ ਚੋਣਾਂ ਚ 5-6 ਮਹੀਨੇ ਰਹਿ ਗਏ ਨੇ ਤੁਹਾਡਾ ਫਿਰ ਉਸ ਸਮੇਂ ਸਿਆਸਤ ਤੌਰ ਤੇ ਤੁਸੀਂ ਬੜਕਰਾਂ ਕੋ ਜਾਓਗੇ ਪਾਰਟੀ ਦੇ ਇਸ ਉਮੀਦਵਾਰ ਲਈ ਕੰਮ ਕਰੋਗੇ ਸਾਡੀ ਸਪਸ਼ਟ ਹੈ ਜੀ ਨਾ ਅਸੀਂ ਇਹਦੀ ਰਹਿਨਮਾਈ ਮੰਨੀ ਆ ਤੇ ਨਾ ਕੱਲ ਮੰਨਾਂਗੇ 117 ਹਲਕਿਆਂ ਦੇ ਵਿੱਚੋਂ ਜਿੱਥੇ ਵੀ ਸਾਨੂੰ ਪਾਰਟੀ ਕਹ ਦੂਗੀ 116 ਹਲਕੇ ਬਚਦੇ ਨੇ ਸਮਰਾਲਾ ਛੱਟ ਕੇ ਉੱਥੇ ਜਿੱਥੇ ਕੰਮ ਕਰਨ ਨੂੰ ਕਹਿਣਗੇ ਜਿੱਥੇ ਸਾਡੀ ਡਿਊਟੀ ਲਾਉਣਗੇ ਤੰਦ ਹੀ ਨਾਲ ਨਭਾਵਾਂਗੇ ਪਰ ਇਸ ਦੇ ਨਾਲ ਅਸੀਂ ਬਿਲਕੁਲ ਵੀ ਜਾਣਾ ਨਹੀਂ ਉਸ ਦੇ ਨਾਲੋਂ ਸਾਨੂੰ ਘਰੇ ਬੈਠਣਾ ਮਨਜੂਰ। ਇਹ ਸਨ ਬਰਜਿੰਦਰ ਸਿੰਘ ਬਬਲੂ ਜੋ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ। ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਦੇ ਨੌਜਵਾਨਾਂ ਦਾ ਢਾਂਚਾ ਪਾਰਟੀ ਦੇ ਹੱਕ ਵਿੱਚ ਖੜਾ ਕੀਤਾ ਹੈ। ਪਾਰਟੀ ਦੇ ਯੂਥ ਵਿੰਗ ਨੂੰ ਮਜ਼ਬੂਤ ਕੀਤਾ ਹੈ। ਅੱਜ ਇਹਨਾਂ ਚ ਇਸ ਗੱਲ ਦੀ ਮਾਯੂਸੀ ਹੈ ਕਿ ਜਿਹੜੇ ਨਵੇਂ ਹਲਕਾ ਇੰਚਾਰਜ ਲਾਏ ਗਏ ਨੇ ਉਹ ਤਰੀਕਾ ਪਾਰਟੀ ਨੇ ਠੀਕ ਨਹੀਂ ਅਪਣਾਇਆ। ਜੋ ਪਾਰਟੀ ਸਰਵੇ ਕਰਨ ਦੀ ਗੱਲ ਕਰਦੀ ਹੈ ਉਹ ਸਾਰੀਆਂ ਗੱਲਾਂ ਸੱਚਾਈ ਤੋਂ ਕੋਹਾਂ ਦੂਰ ਨੇ ਜਿਹੜੇ ਬੰਦਿਆਂ ਨੇ ਇਹ ਹਲਕਾ ਇੰਚਾਰਜ ਲਾਉਣ ਵਿੱਚ ਪਾਰਟੀ ਦੀ ਹਾਮੀ ਭਰੀ ਹੈ ਉਹ ਇਸ ਗੱਲ ਦੇ ਲਈ ਜ਼ਰੂਰ ਜ਼ਿੰਮੇਵਾਰ ਹੋਣਗੇ ਜੇਕਰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਬੜਕਰਾਂ ਸਮਰਥਕਾਂ ਦਾ ਗੁੱਸਾ ਫੁੱਟ ਪਿਆ ਇਸ ਸਮਰਾਲੇ ਦੇ ਵਿੱਚ ਅੱਜ ਦੀਆਂ ਅਕਾਲੀ ਸਰਗਰਮੀਆਂ ਦੀ ਚੱਲਦੇ ਚੱਲ ਰਹੀਆਂ ਅਕਾਲੀ ਸਰਗਰਮੀਆਂ ਦੀ ਤੁਹਾਨੂੰ ਅਸੀਂ ਪਲ-ਪਲ ਰਿਪੋਰਟ ਦਵਾਂਗੇ। ਦੂਸਰੇ ਪਾਸੇ ਸਾਬਕਾ ਵਿਧਾਇਕ ਜਗਜੀਤ ਸਿੰਘ ਖੀਰਨੀਆਂ ਨੇ ਵੀ ਆਪਣੇ ਸਮਰਥਕਾਂ ਦੀ ਮੀਟਿੰਗ ਉਹਨਾਂ ਦੇ ਘਰ ਸੱਦੀ ਹੋਈ ਹੈ। ਥੋੜੀ ਦੇਰ ਬਾਅਦ ਤੁਹਾਨੂੰ ਅਸੀਂ ਉੱਥੇ ਲੈ ਚੱਲਾਂਗੇ। ਮੈਂ RAM GOPAL SOFAT ਕੁਲਵਿੰਦਰ ਸਿੰਘ ਦੇ ਨਾਲ ਅਜੀਤ ਪਬ ਟੀਵੀ ਸਮਰਾਲਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਸਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ